ਅੰਮ੍ਰਿਤਸਰ ਵਿਖੇ ਮਜ਼ਦੂਰ ਦਿਵਸ ਦੇ ਮੌਕੇ ਤੇ ਅੱਜ ਮਜ਼ਦੂਰ ਜਥੇਬੰਦੀ ਏਟਕ ਅਤੇ ਸੀਟੂ ਵੱਲੋਂ ਸਾਂਝੇ ਤੌਰ ਤੇ ਕੰਪਨੀ ਬਾਗ ਵਿਖੇ ਰੈਲੀ ਕੀਤੀ ਗਈ। ਇਸ ਦੌਰਾਨ ਦੋਨਾਂ ਜਥੇਬੰਦੀਆਂ ਦੇ ਵੱਖ ਵੱਖ ਬੁਲਾਰਿਆਂ ਨੇ 1 ਮਈ ਦੀ ਮਹਾਨਤਾ ਅਤੇ ਉਸਦੇ ਇਤਿਹਾਸ ਬਾਰੇ ਮਜ਼ਦੂਰ ਭਾਈਚਾਰੇ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਸੀਟੂ ਜਥੇਬੰਦੀ ਦੇ ਜਨਰਲ ਸਕੱਤਰ ਕਿਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦਾ ਦਿਨ ਸਾਰੇ ਧਰਮਾਂ ਅਤੇ ਜਾਤੀਵਾਦ ਤੋਂ ਉੱਪਰ ਉੱਠ ਕੇ 1 ਮਈ 1886 ਨੂੰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਖੇ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ। ਕਿਰਪਾਲ ਸਿੰਘ ਨੇ ਦੱਸਿਆ ਕਿ ਅੱਜ ਵੀ ਮਜ਼ਦੂਰਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ, ਪਰ ਮਜ਼ਦੂਰਾਂ ਦੇ ਹੱਕ ਲਈ ਸਾਡੇ ਸੰਘਰਸ਼ ਜਾਰੀ ਰਹਿਣਗੇ। ਅੱਜ ਦਾ ਦਿਨ ਮਜ਼ਦੂਰ ਦਿਵਸ ਦੇ ਤੌਰ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ। ਅੱਜ ਦੇ ਦਿਨ ਦੀ ਮਹੱਤਤਾ ਬਾਰੇ ਮੈਂ ਬਹੁਤਾ ਵਿਸਤਾਰ ਨਾਲ ਨਹੀਂ ਦੱਸਾਂਗਾ। ਜਿਸ ਤਰ੍ਹਾਂ ਕਿ ਸਾਰੇ ਜਾਣਦੇ ਆ ਕਿ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ, ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇਹ ਦਿਨ 1886 ਦੇ ਉਹਨਾਂ ਸ਼ਹੀਦਾਂ, ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਵਿੱਚ ਮਨਾਇਆ ਜਾਂਦਾ। ਸੋ ਅੱਜ ਦੇ ਦਿਨ ਅਸੀਂ ਆਇਦ ਕਰੀਏ ਕਿ ਆਉਣ ਵਾਲੇ ਸਮੇਂ ਅੰਦਰ ਜਿਹੜਾ ਦੁਨੀਆ ਦੇ ਅੰਦਰ ਉਹ ਪੂੰਜੀਵਾਦੀ ਸਿਸਟਮ ਜਿਹੜਾ ਉਹ ਟੁੱਟਣ ਡਿਆ ਔਰ ਦੁਬਾਰਾ ਲੋਕ ਇਕੱਠੇ ਹੋ ਰਹੇ ਨੇ ਔਰ ਪੂੰਜੀਵਾਦੀ ਸਿਸਟਮ ਨੂੰ ਦਫਨਾਉਣ ਤੱਕ ਇਹ ਲੜਾਈ ਜਿਹੜੀ ਸਾਡੀ, ਸੰਘਰਸ਼ ਜਿਹੜੇ ਨੇ ਉਹ ਜਾਰੀ ਰਹਿਣਗੇ। ਇਸ ਲਈ ਅਸੀਂ ਆਹਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਅੰਦਰ ਇਸ ਲੜਾਈ ਨੂੰ ਹੋਰ ਪ੍ਰਚੰਡ ਕਰਾਂਗੇ, ਵੱਡੇ ਸੰਘਰਸ਼ਾਂ ਦੇ ਵਿੱਚ ਜਾ ਕੇ ਅਸੀਂ ਉਸ ਪੂੰਜੀਵਾਦ ਸਿਸਟਮ ਨੂੰ ਤੋੜਨ ਦਾ ਕੋਸ਼ਿਸ਼ ਕਰਾਂਗੇ।